tan tan sri gurdasa ji maharaj ji guru gurbati guru sasang ji is sangat apavasya jiyo vaheguru ji ka khalsa vaheguru ji ki fateh sasang ji aap ne akal akademi guru sahab de vidyarthiyan pason sang suniya hai ਸਤਿ ਪਾਤਸ਼ਾਹ ਜੀ ਸਭ ਕਾਰਨ ਦਾ ਇਸ ਤਰ੍ਹਾਂ ਨੇ ਆਪਣਾ ਪਤਾ ਜੋ ਬੱਚੇ ਸਨ ਸ਼ੀਤ ਆਪਣੇ ਅੱਖਾਂ ਸਾਹਮਣੇ ਕਰਵਾਏ ਸਾਸੰਗ ਜੀ ਇਸ ਲਈ ਕਰਵਾਏ ਤਾਂ ਇਹ ਖਾਲਸੇ ਦੀਆਂ ਜੜ੍ਹਾਂ ਪਤਾਲ ਵਿੱਚ ਗੱਡੀਆਂ ਜਾਣ ਔਰ ਖਾਲਸਾ ਤਰੱਕੀ ਕਰੇ ਦੁਨੀਆ 'ਤੇ ਮਨ ਸ਼ਾਂਤੀ ਹੋਵੇ ਔਰ ਆਪਣਾ ਸਪਿਰਚੁਅਲ ਭਾਈਚਾਰਾ ਅਧਿਆਤਮਿਕ ਤੌਰ 'ਤੇ ਆਪਣੇ ਇੱਕ ਦੂਜੇ ਨੂੰ ਭੈਣ ਭਰਾ ਸਮਝਦੇ ਹੋਏ ਐਸਾ ਵਾਤਾਵਰਨ ਬਣਾਉਣ ਕਿ ਦੁਨੀਆ ਤਰੱਕੀ ਵੀ ਕਰੇ ਔਰ ਸ਼ਾਂਤੀ 'ਚ ਵਸੇ ਜੋ ਗੁਰੂ ਨਾਨਕ ਦੇਵ ਜੀ ਮਾਇਆ ਦਾ ਉਪਦੇਸ਼ ਸੀ ਇਸ ਆਸ਼ੇ ਅਨੁਸਾਰ ਸਾਧ ਸੰਗਤ ਜੀ ਸੰਤ ਅਤਰ ਸਿੰਘ ਜੀ ਮਹਾਰਾਜ ਮਸਤਮਾਣੇ ਵਾਲੇ ਇਹਨਾਂ ਨੇ ਬਹੁਤ ਦੁਨੀਆ ਨੂੰ ਗੁਰੂ ਨਾਲ ਜੋੜਿਆ ਉਸ ਸਮੇਂ ਅਸੀਂ ਬਹੁਤ ਤਰੀਕਿਆਂ 'ਚ ਪੈ ਰਹੇ ਸਨ ਗੁਰੂ ਨਾਲ ਜੋੜਿਆ ਲੱਖਾਂ ਹੀ ਪ੍ਰਾਣੀਆਂ ਨੂੰ 14 ਲੱਖ ਪ੍ਰਾਣੀਆਂ ਨੂੰ ਅਮਰ ਦੀ ਦਾਤ ਪ੍ਰਾਪਤ ਬਖਸ਼ ਬਖਸ਼ ਕੀ ਕੋਸ਼ਿਸ਼ ਕਰਵਾਈ ਔਰ ਜਿੱਥੇ ਅੰਗਰੇਜ਼ ਦੇ ਕਹਿੰਦਾ ਸੀ ਮਹਾਰਾਜ ਜੀ ਸਾਹਿਬ ਦੇ ਬਾਅਦ ਜਦੋਂ ਅੰਗਰੇਜ਼ਾਂ ਦੀ ਸਲਤਨਤ ਹੋਈ ਤਾਂ ਵਾਦੀ ਕਰੋੜ ਸਿੱਖਾਂ ਤੋਂ ਕੱਢ ਕੇ 7-8 ਤੱਕ ਰਹੇ ਸੀ 1866 ਥੋੜ੍ਹੇ ਸਾਲਾਂ ਵਿੱਚ ਇੰਨਾ ਫਰਕ ਪੈ ਗਿਆ ਸੀ ਨਵੀਂ ਸਰਕਾਰ ਦਾ ਨਵੀਂ ਸੱਭਿਆਚਾਰ ਦਾ ਸਾਸਨ ਜੀ ਔਰ ਅੰਗਰੇਜ਼ ਇਹ ਸਮਝਣ ਲੱਗ ਗਏ ਸੀ ਕਹਿਣ ਲੱਗ ਗਏ ਸੀ ਰਿਕਾਰਡ 'ਚ ਦਰਜ ਹੈ ਕਿ 1900 ਤੱਕ ਕੋਈ ਸਿੱਖ ਕਿਤੇ ਤਾੜੀਵਾਲ ਨਹੀਂ ਰਹੇਗਾ ਸਾਰੇ ਗੁਰਦੁਆਰੇ ਗੁਰੂ ਘਰਾਂ ਦੇ ਗੁਰਦੇ ਬਣ ਜਾਣਗੇ ਤਾਂ ਸਾਸਨ ਜੀ ਇਹ ਹੋ ਨਹੀਂ ਸਕਦਾ ਗੁਰੂ ਨਾਨਕ ਜੀ ਜੋ ਰਸਤਾ ਇਹ ਸੱਚਾਈ ਦਾ ਰਸਤਾ ਹੈ ਇਸ ਦੀਆਂ ਜੜ੍ਹਾਂ ਪਤਾਲ ਵਿੱਚ ਹਨ ਉਸ ਸਮੇਂ ਬਹੁਤ ਲਹਿਰਾਂ ਚੱਲੀਆਂ ਬਹੁਤ ਮਹਾਂਪੁਰਸ਼ ਆਏ ਇਹਨਾਂ ਦੇ ਸੁਰਮਣੀ ਮਹਾਂਪੁਰਸ਼ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਇਸਾ ਨਾਮ ਬਾਣੀ ਦਾ ਪ੍ਰਸਾਰ ਕੀਤਾ ਔਰ ਐਸੀ ਮਤੀ ਦਾਤ ਬਖਸ਼ੀ ਜਦੋਂ ਚੜ੍ਹਾਈ ਕੀਤੀ 1927 ਵਿੱਚ ਵਾਦੀ 40 ਲੱਖ ਦੀ ਹੋ ਗਈ ਸੀ ਇੱਥੇ ਕਹਿ ਸੀ ਕੁਛ ਸਿੱਖ ਰਹਿਣਾ ਹੈ ਸਤਸੰਗ ਜੀ ਉਹਨਾਂ ਨੇ ਉਸ ਸਮੇਂ ਦੀ ਹਾਲਾਤ ਨੂੰ ਦੇਖ ਕੇ ਕਿ ਕਿਸ ਤਰ੍ਹਾਂ ਅੰਗਰੇਜ਼ਾਂ ਨੇ ਪੰਜਾਬ ਉੱਤੇ ਚਲਾਕੀ ਨਾਲ ਰਾਜ ਕੀਤਾ ਜਿੱਤਿਆ ਨਹੀਂ ਪੰਜਾਬ ਸਤਸੰਗ ਜੀ ਉਹਨੇ ਚਲਾਕੀ ਨਾਲ ਪੰਜਾਬ ਆਪਣੇ ਕਾਬੂ ਕੀਤਾ ਔਰ ਉਸਦੀ ਸਭਿਅਤਾ ਵਿਗਾੜਨ ਵਾਸਤੇ ਜੋ ਵੱਡੇ ਵੱਡੇ ਸਾਰੇ ਜਿਹੜਾ ਸਨ ਸ਼ਹਿਰ ਸਨ ਉੱਥੇ ਉਹਨਾਂ ਨੇ ਸਕੂਲ ਖੋਲ੍ਹੇ ਇੱਥੇ ਵੈਸਟਰਨ ਸਭਿਅਤਾ ਦੀ ਪੜ੍ਹਾਈ ਦਿੱਤੀ ਜਾਂਦੀ ਨਾਲ ਚਰਚ ਨਾਲ ਹੋਸਪਿਟਲ ਉਹ ਹਾਲ ਤੱਕ ਵੀ ਇਸ ਲੁਧਿਆਣੇ ਜਾਓ ਚੌੜੇ ਬਾਜ਼ਾਰ ਦੇ ਵਿੱਚੋਂ ਪੁਰਾਣਾ ਚਰਚ ਔਰ ਸਕੂਲ ਜਿਹੜਾ ਚੱਲ ਰਿਹਾ ਹਸਪਤਾਲ ਦੇ ਵੱਡਾ ਹੋ ਗਿਆ ਕਾਲਜ ਬਣ ਗਿਆ ਸਤਸੰਗ ਜੀ ਇਸ ਨੇ ਬਟਾਲੇ ਅੰਮ੍ਰਿਤਸਰ ਫਿਰੋਜ਼ਪੁਰ ਹੋਰ ਥਾਂ ਥਾਂ 'ਤੇ ਐਸੇ ਸੈਂਟਰ ਬਣਾਏ ਤਾਂ ਕਿ ਇਹਨਾਂ ਦੀ ਕਲਚਰ ਜਿਹੜੀ ਹੈ ਉਹ ਖਤਮ ਕਰ ਦਿਓ ਉਸਨੂੰ ਸਤਸੰਗ ਜੀ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਉਸ ਸਮੇਂ ਨਵਾਂ ਮਾਹੌਲ ਲਿਆਂਦਾ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਦੱਸਿਆ ਸੀ ਵਿੱਦਿਆ ਵਿਚਾਰੀ ਤਾਂ ਪਰ ਵਿਕਾਰੀ ਆਪਣੇ ਬੱਚਿਆਂ ਨੂੰ ਅਸੀਂ ਉੱਚ ਕੋਟੀ ਦੀ ਸਾਇੰਸ ਦੀ ਵਿੱਦਿਆ ਦੇਈਏ ਪਰ ਐਸੀ ਉਹ ਵੈਲਿਊ ਬੇਸਡ ਹੋਵੇ ਕਿ ਬੱਚਿਆਂ ਦਾ ਜੀਵਨ ਗੁਰੂ ਨਾਨਕ ਦੇ ਰਸਤੇ 'ਤੇ ਚੱਲ ਕੇ ਉਹ ਗੁਰੂ ਨਾਨਕ ਦੇ ਰਸਤੇ 'ਤੇ ਆਪਣਾ ਜੀਵਨ ਢਾਲਣ ਔਰ ਫਿਰ ਉਹ ਦਸਾਂ ਨਾਮ ਦੀ ਕਿਰਤ ਵੀ ਕਰਨ ਔਰ ਨਾਲ ਅੱਛੇ ਇਨਸਾਨ ਬਣ ਕੇ ਵਿਚਰਨ ਤਾਂ ਕਿ ਦੁਨੀਆ 'ਤੇ ਹੁਣ ਸ਼ਾਂਤੀ ਹੋਵੇ ਤਾਂ ਕੀ ਕਰੇ ਐਸਾ ਆਸ਼ਾ ਸੀ ਇਸ ਆਸ਼ੇ ਅਨੁਸਾਰ ਉਹਨੇ ਪਹਿਲਾਂ 1906 ਦੇ ਵਿੱਚ ਲੜਕੀਆਂ ਦਾ ਸਕੂਲ ਖੋਲ੍ਹਿਆ ਫਿਰ ਲੜਕਿਆਂ ਦੇ ਸਕੂਲ ਖੋਲ੍ਹੇ ਕਾਲਜ ਚਲਾਏ ਹੋਰ ਬਹੁਤ ਸਾਰੇ ਕਾਲਜ ਚਲਾਏ ਤੱਕ ਬਨਾਰਸੀ ਯੂਨੀਵਰਸਿਟੀ ਨੀਂਹ ਉਹਦੇ ਹੱਥੋਂ ਰਖਵਾਈ ਗਈ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰੋਗਰਾਮ ਚਲਾਉਣ ਵਾਸਤੇ ਆਪਣੇ ਨਿੰਨ ਸੇਵ ਸਨ ਤੇਜਾ ਸਿੰਘ ਜੀ ਜੋ ਉਸ ਵੇਲੇ MA LLB ਪੜ੍ਹੇ ਹੋਏ ਸਨ ਔਰ ਬਹੁਤ ਡਿਸਟਿੰਕਸ਼ਨਾਂ ਨਾਲ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ ਸੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਪਹਿਲੇ ਸਿੱਖ ਪ੍ਰਿੰਸੀਪਲ ਸਨ ਪਹਿਲਾਂ ਅੰਗਰੇਜ਼ ਪ੍ਰਿੰਸੀਪਲ ਹੋਇਆ ਕਰਦੇ ਸਨ ਸਤਸੰਗ ਜੀ ਉਹਨਾਂ ਨੇ ਉਹ ਪ੍ਰਿੰਸੀਪਲ ਸਭ ਛੱਡ ਕੇ ਇਹ ਸੇਵਾ ਜਾਗੇ ਅਸੀਂ ਵਿੱਦਿਆ ਬੱਚਿਆਂ ਨੂੰ ਦਿਵਾਉਣੀ ਅਸੀਂ ਔਰ ਉਸ ਵੇਲੇ ਸੰਤਾਂ ਨੇ ਕਿਹਾ ਭਾਈ ਤੇਜਾ ਸਿੰਘ ਜੀ ਤੁਸੀਂ ਠੀਕ ਹੈ ਪੜ੍ਹੇ ਹੋਏ ਹੋ ਅਸੀਂ ਚਾਹੁੰਦੇ ਤੁਸੀਂ ਵਿਲਾਇਤ ਜਾਓ ਉੱਥੋਂ ਦੇ ਨਵੇਂ ਤਰੀਕੇ ਵੈਸਟਰਨ ਕਲਚਰ ਦੇ ਸਿੱਖ ਕੇ ਆਓ ਤਾਂ ਕਿ ਸੋ ਗੁਣ ਗ੍ਰਹਿਣ ਕਰਕੇ ਆਪਣੇ ਸਕੂਲਾਂ ਦਾ ਐਸਾ ਮਿਆਰ ਪੈਦਾ ਕਰੀਏ
ਤੇ ਬੱਚਿਆਂ ਦੀ ਪੜ੍ਹਾਈ ਇੰਟਰਨੈਸ਼ਨਲ ਲੈਵਲ ਦੀ ਹੋਵੇ ਪਰ ਜੀਵਨ ਗੁਰਸਿੱਖੀ ਦਾ ਹੋਵੇ ਐਸਾ ਕੀ ਚਾਨ ਨੇ ਬਣਾਇਆ ਸੋ ਮੈਂ ਤਾਂ ਲੰਬੇ ਪਾਸੇ ਨਹੀਂ ਲਿਜਾਂਦਾ ਅਸਰ ਤੇਜਾ ਸਿੰਘ ਜੀ ਵਾਲੇ ਬਾਹਰ ਆਏ ਕੈਂਬਰੇਜ ਯੂਨੀਵਰਸਿਟੀ ਪਹਿਲੇ ਸਿੱਖ ਵਿਦਿਆਰਥੀ ਕੇਸ ਦਾੜੀ ਨਾਲ ਪੜ੍ਹੇ ਕਲੰਬੀਆ ਯੂਨੀਵਰਸਿਟੀ ਨਿਊਯਾਰਕ ਪੜ੍ਹੇ ਫਿਰ ਹਾਰਵਰਡ ਯੂਨੀਵਰਸਿਟੀ ਤੋਂ ਡਿਗਰੀ ਲਈ ਕੈਨੇਡਾ ਵਿੱਚ ਆਪਣੇ ਵੀਰਾਂ ਨੂੰ ਉਸ ਵੇਲੇ ਬੜੀ ਪੀੜਾ ਬਣੀ ਹੋਈ ਸੀ ਰਹਿਣ ਦੇ ਹੱਕ ਦਵਾਏ ਅੱਜ ਉਹਦੀ ਬਦੌਲਤ ਅਸੀਂ ਰਹਿ ਰਹੇ ਹਾਂ ਉਹਨਾਂ ਨੇ ਪਿਛਲੇ 2 ਸਾਲ ਹੋਏ ਦਿਨ ਮਨਾਇਆ 100 ਸਾਲਾਂ ਸਿੱਖਾਂ ਦਾ ਔਰ ਉਹਦੇ ਵਿੱਚ ਸੰਜੀ ਮਾਇ ਨੂੰ ਖਾਸ ਯਾਦ ਕੀਤਾ ਸਨਮਾਨਿਤ ਕੀਤਾ ਇਸ ਤਰ੍ਹਾਂ ਹੀ ਇਸ ਦੁਨੀਆ ਦੇ ਪਹਿਲਾਂ ਗੁਰਦੁਆਰੇ ਨਹੀਂ ਸਨ ਪਹਿਲਾ ਗੁਰਦੁਆਰਾ ਯੂਰਪ ਦਾ ਲੰਡਨ ਵਿੱਚ ਸ਼ੈਫਰਡ ਰਿਸ਼ਤਾ ਬਣਾਇਆ ਔਰ ਇਸ ਤਰ੍ਹਾਂ ਹੀ ਸਟਾਕਟਨ ਤੁਹਾਡੇ ਕੈਸਲ ਸਟੇਟ ਦੇ ਵਿੱਚ ਉਹ ਗੁਰਦੁਆਰਾ ਸਥਾਪਿਤ ਕਰਾਇਆ ਪਹਿਲਾ ਗੁਰਦੁਆਰਾ ਪਿੰਕੋਰ ਈਸਟਰ ਗੁਰਦੁਆਰਾ ਸੁਣਾਇਆ ਹੋਰ ਖਾਲਸਾ ਦੀਵਾਨ ਸਾਹਿਬ ਦੀਆਂ ਰਜਿਸਟਰ ਕਰਾਈਆਂ ਪਿੰਕੋਰ ਵਿੱਚ ਵੀ ਇੱਥੇ ਵੀ ਇਸ ਤਰ੍ਹਾਂ ਤ੍ਰਿਣ ਇੰਗਲੈਂਡ ਦੀ ਸਾਜਨ ਨੂੰ ਮੈਂ ਪਿਛਲੇ ਸਾਲ ਯਾਦ ਕੀਤਾ 7 ਸਾਲ ਦੇ ਵਿੱਚ ਔਰ ਉਹਨੇ ਸਨਮਾਨਿਤ ਕੀਤਾ ਸਤਸੰਗ ਜੀ ਉਹਨਾਂ ਜਾ ਕੇ ਵਿਦਿਆਲਾ ਬਹੁਤ ਪ੍ਰਸਾਰ ਕੀਤਾ ਔਰ ਇਸਨੂੰ ਵਧਾਉਣ ਵਾਸਤੇ ਉਹਨਾਂ ਨੇ ਬੜੂ ਸਾਹਿਬ ਦੀ ਧਰਤੀ ਜੋ ਹੈ 1956 4 ਸਤਵਾਰ ਦੀ ਧਰਤੀ ਲਈ ਔਰ ਇੱਥੇ ਕਲਮੀਆ ਟਰੱਸਟ ਸਥਾਪਿਤ ਕੀਤਾ ਇਸ ਪ੍ਰੋਗਰਾਮ ਚਲਾਉਣ ਲਈ ਬਾਬਾ ਇਕਬਾਲ ਸਿੰਘ ਜੀ ਹੁਣੇ ਆਪਦੇ ਦਰਸ਼ਨ ਕਰਕੇ ਗਏ ਹਨ ਬੱਚਿਆਂ ਨਾਲ ਉਹਦੇ ਤਰੇ ਕਲਚਰ ਸਨ ਹਿਮਾਚਲ ਪ੍ਰਦੇਸ਼ ਦੇ ਉੱਥੋਂ ਰਿਟਾਇਰ ਹੋ ਕੇ ਉਹਨਾਂ ਨੇ ਆਪਣਾ ਸਾਰਾ ਜੀਵਨ ਪਹਿਲਾਂ ਵੀ ਲਾਇਆ ਹੁਣ ਵੀ ਇਸ ਪ੍ਰੋਗਰਾਮ ਵਿੱਚ ਲਾਇਆ ਉਹ ਟਰੱਸਟ ਦੇ ਮੁਖੀ ਹਨ ਦਾਸ ਵੀ ਸੇਵਾਦਾਰ ਹੈ ਹੋਰ ਵੀ ਇਸ ਤਰ੍ਹਾਂ ਹੀ ਉਸ ਟਰੱਸਟ ਦੇ ਜੋ ਸੇਵਾਦਾਰ ਹਨ ਸਤਸੰਗ ਜੀ ਔਰ ਉਹ ਟਰੱਸਟ ਦੇ ਅਧੀਨ ਪਹਿਲਾ ਸਕੂਲ 1986 5 ਬੱਚਿਆਂ ਨਾਲ ਗੁਰੂ ਸਾਹਿਬ ਸ਼ੁਰੂ ਕੀਤਾ ਗਿਆ ਅੱਜ ਮਾਰੇ ਦੀ ਬਖਸ਼ਿਸ਼ ਹੋਈ ਹੈ ਉੱਥੇ 1400 ਬੱਚੇ ਪੜ੍ਹ ਰਹੇ ਹੈ ਵੱਖ ਵੱਖ ਦੇਸ਼ਾਂ ਤੋਂ ਬੱਚੇ ਆਏ ਨੇ 100 ਬੱਚਾ USA ਤੋਂ ਵੀ ਪੜ੍ਹ ਰਿਹਾ ਹੋਰ ਥਾਂ ਦੇ ਬੱਚੇ ਪੜ੍ਹ ਰਹੇ ਨੇ ਔਰ ਸਕੂਲ ਦੀ ਵਿਸ਼ੇਸ਼ਤਾ ਕੀ ਹੈ ਕਿ ਉੱਥੇ ਇੰਗਲਿਸ਼ ਮੀਡੀਅਮ ਪੜ੍ਹਾਈ ਹੈ ਔਰ ਸੈਂਟਰਲ ਬੋਰਡ ਸੈਕੰਡਰੀ ਐਜੂਕੇਸ਼ਨ ਗਵਰਨਮੈਂਟ ਇੰਡੀਆ ਜੋ ਬੈਸਟ ਸਿਸਟਮ ਐਜੂਕੇਸ਼ਨ ਹੈ ਉਹ ਪੜ੍ਹਾਈ ਕਰਾ ਰਹੇ ਚਾਹੀਦੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਬੱਚੇ ਪੜ੍ਹਾਈ ਦੇ ਨਾਲ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਔਰ ਪੰਜਾਂ ਬਾਣੀਆਂ ਦਾ ਪਾਠ ਕਰਦੇ ਹਨ ਫਿਰ ਸਕੂਲ ਜਾਂਦੇ ਹਨ ਸ਼ਾਮ ਨੂੰ ਰਹਿ ਸਭ ਦਾ ਪਾਠ ਸੋਹਣੇ ਰਹਿ ਸੂਰਜ ਦਾ ਪਾਠ ਇਸ ਤਰ੍ਹਾਂ ਗੁਰਬਾਣੀ ਰਾਹੀਂ ਆਪਣਾ ਜੀਵਨ ਢਾਲ ਰਹੇ ਹਾਂ ਸਤਸੰਗ ਜੀ ਗੁਰਬਾਣੀ ਐਸੀ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਜੋ ਕਦਰਾਂ ਕੀਮਤਾਂ ਅਸੀਂ ਚਾਹੁੰਦੇ ਹਾਂ ਇਨਸਾਨ 'ਚ ਹੋਣੀਆਂ ਚਾਹੀਦੀਆਂ ਚੰਗੇ ਇਨਸਾਨ ਵਿੱਚ ਉਹ ਗੁਰਬਾਣੀ ਦੇ ਨਾਲ ਸਹਿਸਬਾਜ਼ ਜੀਵਨ ਦੇ ਵਿੱਚ ਆ ਜਾਂਦੀਆਂ ਹਨ ਔਰ ਉਹੀ ਫਿਰ ਸਹੀ ਮਨਜ ਵੈਲੂ ਬੇਸਡ ਐਜੂਕੇਸ਼ਨ ਦਾ ਉਹ ਅੰਗ ਬਣਦੇ ਸਤਸੰਗ ਜੀ ਵੈਸਾ ਬੱਚਾ ਜੀਵਨ ਬਣਿਆ ਬਹੁਤ ਸਾਰੇ ਵਿਗੜੇ ਹੋਏ ਬੱਚੇ ਠੀਕ ਹੋਏ ਤਾਂ ਪਿੰਡਾਂ 'ਚ ਲੋਕਾਂ ਨੇ ਖਿਚਕੀ ਸਾਡੇ ਸਕੂਲ ਖੋਲ੍ਹੋ ਪਹਿਲਾ ਸਕੂਲ ਮੁਕਤਸਰ 1993 'ਚ ਖੋਲ੍ਹਿਆ ਇਸ ਸਮੇਂ 52 ਸਕੂਲ 52 ਸਕੂਲਸ ਅਕਾਲ ਅਕੈਡਮੀ ਨਾਂ ਥੱਲੇ ਸਾਰੇ ਨਾਰਥ ਇੰਡੀਆ ਵਿੱਚ ਚੱਲ ਰਹੇ ਹਨ ਪੰਜਾਬ ਵਿੱਚ ਨਾਰਥ ਰਾਜਸਥਾਨ 'ਚ ਹਰਿਆਣੇ 'ਚ ਵੈਸਟ ਉੱਤਰ ਪ੍ਰਦੇਸ਼ ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ 22 ਸਕੂਲ 2 ਸਾਲ ਪਹਿਲਾਂ ਬਣ ਚੁੱਕੇ ਸਨ ਔਰ ਉਹ 10ਵੀਂ 12ਵੀਂ ਤੱਕ ਸੈਂਟਰਲ ਬੋਰਡ ਨਾਲ ਅਫੀਲੀਏਟ ਹੋ ਚੁੱਕੇ ਸਨ ਤਾਂ ਇਹ ਟਰੱਸਟ ਵੱਲੋਂ ਇਸ ਤਰ੍ਹਾਂ ਟੀਚਾ ਇਹ ਮਿਥਿਆ ਸੀ ਕਿ ਖਰਚ ਵੱਧ ਬਹੁਤ ਆ ਰਿਹਾ ਇਕੱਲਾ ਇਕੱਲਾ ਸਕੂਲ 5-5 ਕਰੋੜ ਦੀ ਲਾਗਤ ਦਾ ਸਤਸੰਗ ਜੀ ਸਕੂਲ ਬਣਦਾ ਜੇ ਸਾਰੇ ਸ਼ਹਿਰ 'ਚ ਸਕੂਲ ਨੇ ਮੈਡੀਕਲ ਨਾਨ ਮੈਡੀਕਲ ਸਟ੍ਰੀਮ ਕਾਮਰਸ ਕੰਪਿਊਟਰ ਸਾਇੰਸ ਪਹਿਲੀ ਜਮਾਤ ਤੋਂ ਪੜ੍ਹਾਈ ਜਾਂਦੀ ਹੈ ਔਰ ਹਰ ਸਕੂਲ ਦੇ ਵਿੱਚ 25-25-30 ਕੰਪਿਊਟਰ ਚੰਗੇ ਟੀਚਰ ਹਨ ਸਤਸੰਗ ਜੀ ਤਾਂ ਇਸ ਤਰੀਕੇ ਦੇ ਨਾਲ ਇਹ ਸੀ ਕਿ ਅਸੀਂ ਹੁਣ ਗਹਿਰ ਗਿਆਨ ਚਲਾਈਏ ਫਿਰ ਵਸੂ ਕਰਾਂਗੇ ਪਰ ਲੋਕਾਂ ਦੀ ਬਹੁਤ ਮੰਗ ਆਈ ਕਿਉਂ ਮੰਗ ਆਈ ਕਿਉਂਕਿ ਪਿੰਡਾਂ ਦੇ ਸਕੂਲਾਂ 'ਚ 70% ਪਾਪੂਲੇਸ਼ਨ ਪਿੰਡਾਂ 'ਚ ਹੀ ਰਹਿੰਦੀ ਹੈ ਨੌਰਥ ਇੰਡੀਆ ਵਿੱਚ ਬਾਕੀ ਥਾਂ 'ਚ ਵੀ ਅਸੀਂ ਪੰਜਾਬ ਵਿੱਚ ਅਤੇ ਉਹਨਾਂ ਦੇ ਸਕੂਲਾਂ ਦਾ ਮਿਆਰ ਬਹੁਤ ਨੀਵਾਂ ਹੋ ਗਿਆ ਪੜ੍ਹਾਈ ਵੱਲੋਂ ਇੰਨਾ ਹੋਇਆ ਬੱਚਿਆਂ ਨੂੰ ਦਾਖਲੇ ਵੀ ਮਿਲਦੇ 10 ਏਕਰ 'ਚ ਯੂਨੀਵਰਸਿਟੀ 'ਚ ਰਿਹਾ ਹੌਲੀ ਹੌਲੀ ਐਸਾ ਹੋਇਆ ਕਿ ਪਿੰਡਾਂ ਦਾ ਬੱਚਾ ਕੋਈ ਟਾਵਾਂ ਟਾਵਾਂ ਹੀ ਦਾਖਲ ਹੁੰਦਾ ਉਸ ਯੂਨੀਵਰਸਿਟੀ ਦੇ ਵਿੱਚ ਬਾਕੀ ਪ੍ਰੋਫੈਸ਼ਨਲ ਤਰੱਕੀ ਨਾ ਲੈਣਾ ਨਸ਼ਿਆਂ ਦਾ ਪ੍ਰਯੋਗ ਬਹੁਤ ਵੱਧ ਗਿਆ ਛੋਟੇ ਛੋਟੇ ਬੱਚੇ ਸ਼ਰਾਬਾਂ ਨੇ ਸ਼ਰਾਬ ਤੋਂ ਜੋ ਡਰੱਗਸ ਦਾ ਨਾਂ ਲੈ ਲਓ ਉਸ ਡਰੱਗ ਪੰਜਾਬ 'ਚ ਫੈਲ ਗਿਆ